ਸਤਿਗੁਰੂ ਤੇਰੇ ਰਸਤੇ ਅੰਦਰ, ਸਤਿਗੁਰੂ ਤੇਰੇ ਰਸਤੇ ਅੰਦਰ, ਮੈਂ ਐ ਦਿਲ ਫਰਸ਼ ਵਿਛਾਵਾਂ ਸੋਹਣੇ ਚਰਨ, ਸੋਹਣੇ ਚਰਨ ਤੁਸਾਂ ਦਾ ਜੋੜਾ, ਮੈਂ ਐ ਦੋਏ ਨੈਣ ਬਣਾਵਾਂ ਸੋਹਣੇ ਚਰਨ, ਸਾਹਿਬ ਮੇਰਾ ਜੀ ਰਾਜ ਮੇਰਾ ਰਾਜਾ ਜੋਗ ਮੈਂ ਜੋਗੀ, ਸਾਹਿਬ ਮੇਰਾ ਜੀ ਰਾਜ ਮੇਰਾ ਰਾਜਾ ਜੋਗ ਮੈਂ ਜੋਗੀ, ਰਾਜ ਮੇ ਰਾਜਾ ਜੋਗ ਮੈਂ
ਕਰਮ ਜੋਗ ਜੋ ਕਰ ਪਾਇਆ ਸੋਈ ਹੋ ਕਰਨ ਪਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਕਾ ਮੰਤਰ ਨ ਜਾਣੇ ਹੋਰ ਅਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸਰਬ ਥੋਕ ਸੁਣੀਐ ਕਰਤਾ ਕੇ ਰਾਜ ਮੈਂ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸ਼ਰ ਤਪ ਮਹਿ ਤਪੀਸ਼ਰ ਗ੍ਰਿਸਤ ਮਹਿ ਭੋਗੀ ਤਿਆਏ ਤਿਆਏ ਭਗਤੈ ਸੁਖ ਪਾਇਆ ਤਿਆਏ ਤਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਵਾਹਿਗੁਰੂ ਤੇਰਾ ਅੰਤ ਨਾ ਮੈਂ ਜਾਣਾ ਮੇਰੇ ਵਾਹਿਗੁਰੂ ਤੇਰਾ ਅੰਤ ਨਾ ਮੈਂ ਜਾਣਾ ਤੇਰਾ ਅੰਤ ਨਾ ਮੈਂ ਜਾਣਾ ਮੇਰੇ ਵਾਹਿਗੁਰੂ ਤੇਰਾ ਅੰਤ ਨਾ ਮੈਂ ਜਾਣਾ ਤੇਰਾ ਅੰਤ ਨਾ ਮੈਂ ਜਾਣਾ ਤੇਰਾ ਅੰਤ ਨਾ ਮੈਂ ਜਾਣਾ ਵਾਹਿਗੁਰੂ ਤੇਰਾ ਅੰਤ ਨਾ ਮੈਂ ਜਾਣਾ ਮੇਰੇ ਵਾਹਿਗੁਰੂ ਤੇਰਾ ਅੰਤ ਨਾ ਮੈਂ ਜਾਣਾ
ਦੋ ਜਹਾਨ ਬਾਲੀ ਭਗਤ ਵਛਲ ਕਰਣਾ ਨਿਧਾਨ ਮੇਰਾਂ ਦੇ ਸਾਈਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਸਾਨੂੰ ਰਾਤਰੀ ਦੇ ਸਮੇਂ ਸਤਸੰਗ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤ ਕੀ ਹੈ ਪਰਮਾਤਮਾ, ਇਹਦਾ ਸੰਗ ਕਰਨਾ, ਕਿਉਂਕਿ ਇਹ ਕਿਸੇ ਬਿਰਲੇ ਪੁਰਸ਼ ਨੂੰ ਸੋਝੀ ਪੈਂਦੀ ਹੈ, ਨਹੀਂ ਤਾਂ ਅਸੀਂ ਸੰਸਾਰ ਦੇ ਅੰਦਰ ਇੰਨੇ ਮਸਤ ਹੋਏ ਪਏ ਹਾਂ ਵੀ ਸਾਨੂੰ ਮਰਨਾ ਵੀ ਭੁੱਲਿਆ ਪਿਆ ਹੈ। ਨਾਲੇ ਰੋਜ਼ ਦੇਖਦੇ ਹਾਂ ਸਾਡੇ ਸੰਗੀ ਸਾਥੀ ਇੱਕ ਇੱਕ ਕਰਕੇ ਸਾਡਾ ਸਾਥ ਛੱਡਦੇ ਜਾ ਰਹੇ ਨੇ। ਜਾਣਾ ਇੱਕ ਦਿਨ ਸਾਨੂੰ ਵੀ ਪੈਣਾ ਹੈ, ਨਾਲ ਕੀ ਲੈ ਕੇ ਆਇਆ ਸੀ। ਹੇ ਇਨਸਾਨ, ਹੇ ਜੀਵ, ਤੇਰੇ ਨਾਲ ਕੀ ਆਇਆ ਸੀ। ਜਦ ਤੈਂ ਇਸ ਸੰਸਾਰ 'ਤੇ ਜਨਮ ਲਿਆ, ਤੇਰੇ ਕੋਲ ਇੱਕ ਤਾਂ ਸੁੰਦਰ ਸਰੀਰ ਸੀ, ਇੱਕ ਤੇਰੇ ਕੋਲ ਸਵਾਸ ਸੀਗੇ, ਪਰ ਸਰੀਰ ਇਹ ਤੋਂ ਇਹੋ ਜਿਹੇ ਕਰਮ ਹੋ ਗਏ, ਬੰਦਗੀ ਨਾ ਕਰ ਸਕਿਆ, ਜਰਜਰਾ ਹੋ ਗਿਆ। ਭਗਤ ਜੀ ਕਹਿੰਦੇ, ਨਾਥ ਕਿਛੂ ਨਾ ਜਾਣਿਓ, ਮਨ ਮਾਇਆ ਕੇ ਹਾਥ ਬਕਾਨਿਓ। ਮਨ ਤੇ ਮਾਇਆ ਦੇ ਦੇਖਦੇ ਦੇਖਦੇ ਹੱਥ ਵਿਕ ਗਿਆ ਹੈ। ਬਚਪਨ ਤੋਂ ਬਾਅਦ ਜਵਾਨੀ ਆ ਜਾਂਦੀ ਹੈ, ਜਵਾਨੀ ਤੋਂ ਬਾਅਦ ਬੁਢੇਪਾ ਹੈ, ਬੁਢੇਪੇ ਤੋਂ ਬਾਅਦ ਅੱਗੇ ਕੇਵਲ ਮੌਤ ਖੜੀ ਹੈ, ਮੌਤ ਹੈ ਅੱਗੇ। ਭਾਵੇਂ ਅਸੀਂ ਮਰਨਾ ਨਹੀਂ ਚਾਹੁੰਦੇ, ਮੌਤ ਨੂੰ ਅਗਰ ਮੰਗਿਆ ਤਾਂ ਕੇਵਲ ਇੱਕ ਬ੍ਰਹਮ ਗਿਆਨੀ ਨੇ ਮੰਗਿਆ। ਕਬੀਰ ਸਾਹਿਬ ਕਹਿੰਦੇ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜੇ ਪੁਰਸ਼ ਜਿਨ੍ਹਾਂ ਨੂੰ ਕੋਈ ਸੋਝੀ ਪੈ ਜਾਂਦੀ ਹੈ, ਜਿਵੇਂ ਧਰੂ ਨੂੰ ਬੈਰਾਗ ਲੱਗਿਆ ਸੀ, 5 ਸਾਲ ਦੀ ਉਮਰ ਸੀ, ਕੇਵਲ 5 ਸਾਲ ਦੀ, ਬੇਨਤੀ ਕੀਤੀ ਗੁਰੂ ਚਰਨਾਂ 'ਚ,
ਮਹਾਰਾਜ ਜੀ ਨਾਮ ਕਿਵੇਂ ਜਪੀਏ, ਸਾਰੇ ਪਾਸੇ ਸਾਰੀ ਧਰਮ ਨਾਮ ਦਾ ਉਪਦੇਸ਼ ਦੇ ਰਹੇ ਨੇ, ਬਹੁਤ ਪ੍ਰਚਾਰ ਹੋ ਰਹੇ ਨੇ, ਪਰ ਨਾਮ ਜਪੀਏ ਕਿਵੇਂ, ਰਾਮ ਦਾ ਨਾਮ ਲਈਏ ਕਿਵੇਂ? ਮਹਾਰਾਜ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ, ਜਿਵੇਂ ਧਰੁਵ ਨੇ ਜਪਿਆ। ਕੇਵਲ ਪੌਣੇ 5 ਸਾਲ ਦੀ ਅਵਸਥਾ, ਬੈਰਾਗ ਲੱਗਿਆ ਬੈਰਾਗ, ਜਿੰਨਾ ਚਿਰ ਠੋਕਰ ਨਹੀਂ ਨਾ ਲੱਗਦੀ ਇਨਸਾਨ ਨੂੰ। ਮਹਾਰਾਜ ਜੀ ਖੰਨੇ ਵਾਲੇ ਆਖਦੇ ਹੁੰਦੇ ਸੰਤ ਕਿੱਥੇ, ਕਹਿੰਦੇ ਤਾਂ ਬੰਦਾ ਨਹੀਂ ਬਣ ਸਕਦਾ, ਬੰਦਾ ਨਹੀਂ ਬਣਦਾ ਉਹਨਾਂ ਚਿਰ ਬੰਦਾ ਸੋਜੋ ਬੰਦਗੀ ਗਹਿ। ਸਹਿ ਸਹਿ ਲੋਕਾਂ ਦੇ ਤਾਨਿਆਂ ਨੂੰ ਪਾ ਲੈਂਦੇ ਅਸਲ ਨਿਸ਼ਾਨਿਆਂ ਨੂੰ। ਅਸਲ ਨਿਸ਼ਾਨਾ ਕੀ ਸੀ? ਮਹਾਰਾਜ ਕਹਿੰਦੇ ਫਿਰ ਜਦ ਧਰੂਂ ਦੇ ਚਪੇੜਾਂ ਪਈਆਂ ਮਤੇਰ ਮਾਤਾ ਤੋਂ, ਠੋਕਰ ਲੱਗੀ, ਉਹਦਾ ਪਿਤਾ ਕਹਿ ਨਹੀਂ ਸਕਿਆ ਵੀ ਮੇਰਾ ਪੁੱਤਰ ਹੈ, ਤੂੰ ਕਿਉਂ ਮਾਰਦੀ ਹੈ? ਗੁਲਾਮ ਹੋਇਆ ਵਿਆ ਸੀਗਾ ਰਾਜਾ ਉਤਾਨ ਪਦ, ਤੋ ਕੀ ਖੇਡ ਵਰਤੀ, ਗੈਬਰ ਬਣਨ ਵਿੱਚ ਚਲਿਆ ਗਿਆ ਵੀ ਰੱਬ ਦੀ ਬੰਦਗੀ ਕਰਨੀ ਹੈ ਕੇਵਲ। ਜਦ ਇਹ ਸਾਰੀ ਆਸਰੇ ਤਿਆਗ ਦਿੰਦਾ ਨਾ, ਅਸੀਂ ਤਾਂ ਇਸੀ ਆਸ 'ਤੇ ਖੜੇ ਹਾਂ, ਉਹ ਮੇਰਾ ਕੰਮ ਕਰ ਦੂ, ਫਲਾਣਾ ਕਰ ਦੂ, ਧੇਮਕਾ ਕਰ ਦੂ, ਪਰ ਅਸੀਂ ਬਾਣੀ ਨੂੰ ਹਲੇ ਹਿਰਦੇ 'ਚ ਜਗ੍ਹਾ ਨਹੀਂ ਦਿੱਤੀ, ਬਸੀ ਨਹੀਂ ਬਾਣੀ। ਮਹਾਰਾਜ ਕੀ ਕਹਿੰਦੇ ਨੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਇੱਕ ਭਗਵਾਨ ਨੇ ਦੇਣਾ ਜਿਹੜਾ ਪੱਥਰਾਂ 'ਚ ਕੀੜਿਆਂ ਨੂੰ ਵੀ ਦਿੰਦਾ ਹੈ। ਹੇ ਜੀਵ ਤੂੰ ਭਰੋਸਾ ਕਰ ਉਹਦੇ 'ਤੇ। ਪਰ ਧਰੁਵ ਨੇ ਫਿਰ ਨਾਰਦ ਮੁਨੀ ਨੇ ਉਪਦੇਸ਼ ਦਿੱਤਾ, ਉਹਨੇ ਉਪਦੇਸ਼ ਨੂੰ ਕਮਾਇਆ, ਪਹਿਲੇ ਮਹੀਨੇ ਅੰਨ ਛੱਡਿਆ, ਫਿਰ ਫਲੋਹਾਰੀ ਹੋ ਗਿਆ, ਫਿਰ ਜਲ ਵੀ ਛੱਡ ਦਿੱਤਾ 30 ਮਹੀਨੇ, 5 ਮਹੀਨੇ ਨੰਗੇ, ਹਵਾ ਵੀ ਤਿਆਗਤੀ ਵੀ, ਸਾਹ ਵੀ ਨਹੀਂ ਲੈਣਾ, ਕੈਸੀ ਜੜ ਸਮਾਧੀ ਲੱਗੀ। ਫਿਰ ਉਹ ਪਰਮੇਸ਼ਰ ਦਾ ਸਿੰਘਾਸਨ ਹਿੱਲਿਆ। ਮਹਾਰਾਜ ਕਹਿੰਦੇ ਜਿਹੜੇ ਧਰੁਵ ਦੇ ਚਪੇੜਾਂ ਪੈਂਦੀਆਂ ਸੀ ਕਦੇ, ਪਰ ਜਦ ਉਹਨੇ ਪ੍ਰਭੂ ਦਾ ਸਿਮਰਨ ਕੀਤਾ, ਪ੍ਰਭ ਕਾ ਸਿਮਰਨ ਸਭ ਸੇ ਉੱਚਾ, ਜਦ ਉਹ ਸਿਮਰਨ ਕੀਤਾ, ਸਿਮਰਨ ਕਰਨ ਤੋਂ ਪਹਿਲਾਂ ਹੀ ਰਾਜਾ ਤਾਨ ਪਾ ਦਾ ਕੇ ਆਖਦਾ, ਮੈਂ ਸਾਰਾ ਹੀ ਰਾਜ ਤੈਨੂੰ ਦਿੰਦਾ, ਅੱਧਾ ਦਿੰਦਾ। ਮਨ 'ਚ ਇੱਕ ਵਿਚਾਰ ਆ ਗਈ, ਕੀ ਵਿਚਾਰ ਆਈ ਭਲਾ, ਹਜੇ ਮੈਂ ਪਰਮੇਸ਼ੁਰ ਦਾ ਨਾਮ ਜਪਿਆ ਨਹੀਂ ਹੈ, ਹਜੇ ਮੈਂ ਇਸ ਰਸਤੇ 'ਤੇ ਤੁਰਿਆ, ਮੈਨੂੰ ਹੁਣੇ ਹੀ ਅੱਧਾ ਰਾਜ ਮਿਲਦਾ, ਸਾਰਾ ਰਾਜ ਮਿਲਦਾ ਹੈ। ਅਗਰ ਮੈਂ ਪਰਮੇਸ਼ੁਰ ਦਾ ਨਾਮ ਜਪ ਲਿਆ ਫਿਰ ਕੀ ਅਵਸਥਾ ਹੋਵੇਗੀ?
ਅੱਜ ਵੀ ਕਈ ਸਾਲ ਹੋ ਗਏ ਮਹਾਰਾਜ ਜੀ ਨੇ ਰੌਸ਼ੀਆਂ ਨੇ ਸਿੱਧ ਤੇ ਤਾਰਨਾ ਪੜੀ ਸੀ ਪਹਿਲੀ ਹੋਈ ਆ ਕੇ ਸਿਓੜਾ ਸਾਹਿਬ ਵਾਲਿਆਂ ਨੇ ਝੂਠੇ ਰਾਜ ਦੀ ਲੋੜ ਨਹੀਂ ਕੋਈ ਰਾਜ ਲੈਣੇ ਸੱਚ ਖੰਡ ਦਾ ਝੂਠੇ ਰਾਜ ਦੀ ਲੋੜ ਨਹੀਂ ਕੋਈ ਰਾਜ ਲੈਣੇ ਸੱਚ ਖੰਡ ਦਾ ਗੱਜ ਕੇ ਸਾਰੇ ਬੋਲਿਆ ਕਰੋ ਪਿੱਛੇ ਰਾਜ ਲੈਣਾ ਸੱਚ ਖੰਡ ਦਾ ਪਿਆਰੇ ਜੀ ਰਾਜ ਲੈਣਾ ਸੱਚ ਖੰਡ ਦਾ
ਉਸ ਵੇਲੇ ਧਰੂਨ ਦੇ ਮਨ 'ਚ ਆਇਆ ਵੀ ਜਿਹੜਾ ਇਹ ਰਾਜ ਹੈ ਨਾ, ਇਹ ਤਾਂ ਛਿਨ ਪੰਗਰ ਹੈ, ਲੱਖ ਕਰੋੜੀ ਬਰਸੀ ਜਿਵੇਂ ਔੜਕ ਨੂੰ ਲੱਦ ਜਾਵੇਗਾ, ਇੱਕ ਦਿਨ ਹੋਜੂਗੀ ਚੱਲੇ ਜੁਆਰੀ ਦੋਏ ਹੱਥ ਝਾੜ। ਪਰ ਉਦੋਂ ਪਹਿਲਾਂ ਪਹਿਲਾਂ ਹੀ ਮਨ ਹੰਕਾਰ ਦਾ ਤਿਆਗ ਕਰ ਦੇ। ਕਿਵੇਂ ਕਰ? ਮਨਾ ਛੱਡ ਦੇ ਗਰਭ ਗਰੂਰੀਆਂ ਨੂੰ, ਓਏ ਮਨਾ ਛੱਡ ਦੇ ਗਰਭ ਗਰੂਰੀਆਂ ਨੂੰ, ਕਈ ਆਪਣੀ ਛੋੜ ਜਗੀਰ ਤੁਰ ਗਏ, ਇੱਥੇ ਕਰਕੇ ਹੁਕਮ ਅਦਾਲਤਾਂ ਨੂੰ ਵੱਡੇ ਹੋ ਕੇ ਨਿਰਪ ਵਜ਼ੀਰ ਤੁਰ ਗਏ, ਰੋਂਦੀ ਦੁਨੀਆ ਜਿਨ੍ਹਾਂ ਨੂੰ ਯਾਦ ਕਰਕੇ, ਛੋੜ ਮਹਿਫਲਾਂ ਪੀਰ ਫਕੀਰ ਤੁਰ ਗਏ, ਓਏ ਜਦੋਂ ਆ ਗਿਆ ਬਖਤ ਦਰਬਾਰ ਸਿੰਘਾਂ, ਬਰਮ ਬਖਤੇ ਛੋੜ ਤਕਰੀਰ ਤੁਰ ਗਏ। ਨਿਗਾਹ ਮਾਰ ਭਲਾ ਕੋਈ ਰਾਜੇ ਮਹਾਰਾਜੇ, ਇੱਕ ਫਕੀਰ ਜਿਹੜਾ ਜਾਣਾ ਚਾਹੇ ਜਾਵੇ, ਨਾ ਜਾਣਾ ਚਾਹੇ ਨਾ ਵੀ ਜਾਵੇ, ਉਹ ਵੀ ਚਲੇ ਗਏ ਇਸ ਸੰਸਾਰ ਤੋਂ, ਤੇਰੇ ਇੱਥੇ ਕੀ ਕੀਲੇ ਗੱਡੇ ਨੇ? ਬਸ ਐਂ ਕਹੀ ਜਾਂਦਾ, ਮੈਨੂੰ ਨਾ ਮੌਤ ਆ ਜਾਏ ਕਿਤੇ, ਹਾਏ ਮੈਂ ਨਾ ਮਰ ਜਾਂ, ਮੈਂ ਨਾ ਮਰੂੰ, ਮਰਬੋ ਸੰਸਾਰਾ। ਇਹਨੂੰ ਭੁੱਲ ਪਈ ਵੀ ਹੈ, ਜਦ ਇਹ ਗੱਲ ਹਿਰਦੇ 'ਚ ਬੈਠ ਜੇ ਵੀ ਮੈਂ ਵੀ ਮਰਨਾ, ਫਿਰ ਕਿਹਦੇ ਨਾਲ ਪਾਪ ਕਰੇਗਾ, ਕਿਹਦੇ ਨਾਲ ਬੈਰ ਕਰੇਗਾ? ਪਹਿਲਾ ਸਟੈਪ ਧਰੂਨ ਦਾ ਦੱਸਿਆ ਮਹਾਰਾਜ ਕਹਿੰਦੇ, ਜਿਉਂ ਹੀ ਧਰੂਨ ਨੇ ਸਿਮਰਨ ਕੀਤਾ 6 ਮਹੀਨੇ, ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਕਰੋੜਾਂ ਖੰਡਾਂ ਬ੍ਰਹਿਮੰਡ ਜੀ ਨੇ ਇੱਕ ਫੁਰਨੇ ਦੇ ਨਾਲ ਪੈਦਾ ਕਰ ਦਿੱਤੇ, ਸਾਹਮਣੇ ਖੜ ਗਿਆ, ਆ ਕੇ ਆਵਾਜ਼ ਦਿੱਤੀ, ਧਰੂਨ ਮੈਂ ਆ ਗਿਆ ਹਾਂ। ਬਸ ਫਿਰ ਧਿਆਨ ਅੰਦਰ ਲੱਗਿਆ ਸੀ, ਭਗਵਾਨ ਨੇ ਅੰਦਰੋਂ ਧਿਆਨ ਤੋੜਿਆ ਪਹਿਲਾਂ, ਬਸ ਨੇਤਰ ਖੋਲੇ, ਫਿਰ ਉਹ ਬੁੱਲੇ ਸ਼ਾਹ ਦੇ ਵਾਂਗੂ ਗੱਲ ਕਹਿਣੀ ਨਹੀਂ ਜੋ ਬੀਤੀ ਹੈ, ਜਦ ਭਗਵਾਨ ਨੇ ਆ ਕੇ ਦਰਸ਼ਨ ਦਿੱਤੇ, ਉਹ ਤਾਂ ਗੱਲ ਫਿਰ ਜਿਹਨੇ ਮਾਣੀ ਹੋਵੇ ਉਸੇ ਨੂੰ ਪਤਾ ਹੈ, ਦੂਸਰੇ ਨੂੰ ਨਹੀਂ ਪਤਾ ਹੈ। ਦੂਸਰੀ ਗੱਲ ਦੱਸੀ ਪ੍ਰਹਿਲਾਦ ਦੀ, ਮਹਾਰਾਜ ਕਹਿੰਦੇ ਅਗਰ ਨਾਮ ਜਪਣਾ ਪ੍ਰਹਿਲਾਦ ਵਾਂਗੂ ਜਪ, ਜਿਸ ਦਾ ਪਿਤਾ ਰਾਮ ਦਾ ਬੈਰੀ ਸੀ, ਸਤਯੁਗ ਵੇਲੇ ਦੀ ਕਥਾ ਦੱਸਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ, ਤੋ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਿਤਨੇ ਬਰ ਲਏ ਸੀ ਭਗਵਾਨ ਤੋਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਕਿਸੇ ਬੰਦੇ ਤੋਂ ਮਰਾਂ, ਨਾ ਕਿਸੇ ਜਾਨਵਰ ਤੋਂ ਮਰਾਂ, ਨਾ ਸ਼ਾਸਤਰ ਤੋਂ ਮਰਾਂ, ਇੰਨੇ ਬਰ ਲੈ ਲਏ ਤਪੱਸਿਆ ਕਰਕੇ। ਜਦ ਜਾ ਰਿਹਾ ਸੀ ਨਾ ਤਪੱਸਿਆ ਕਰਨ, ਨਾਰਦ ਜੀ ਮਿਲ ਪਏ ਰਾਹ 'ਚ, ਕਹਿੰਦੇ ਹਰਨਾਕਸ਼ ਕਿੱਧਰ ਨੂੰ ਚੱਲਿਆ? ਕਹਿੰਦੇ ਮੈਂ ਭਗਤੀ ਕਰਨੀ ਹੈ,
ਫਿਰ ਮੈਂ ਰਾਮ ਨਾਲ ਯੁੱਧ ਲਾਉਣਾ ਹੈ, ਰਾਮ ਨੂੰ ਮੈਂ ਖਤਮ ਕਰਨਾ, ਮਾਰਨਾ। ਕਹਿੰਦੇ ਆ ਜਿਹੜੀ ਰਾਣੀ ਨੂੰ ਛੱਡਣ ਚੱਲੇ ਆ ਨਾ, ਇਹਦੇ ਪੇਟੋਂ ਹੀ ਇੱਕ ਬਾਲਕ ਨੇ ਜਨਮ ਲੈਣਾ ਜਿਹਨੇ ਰਾਮ ਦਾ ਅਪਾਸ਼ਕ ਬਣਨਾ ਔਰ ਤੇਰਾ ਅੰਤ ਕਰਨਾ ਹੈ ਇਸੇ ਰਾਣੀ ਦੇ ਪੇਟੋਂ। ਪਰ ਉੱਥੇ ਫਿਰ ਜਦ ਸਾਰੇ ਸਕੂਲਾਂ ਦੇ ਅੰਦਰ ਇਹੀ ਪੜ੍ਹਾਈ ਬਰ ਲੈ ਲਏ ਵੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਤੋ ਫਿਰ ਪ੍ਰਹਿਲਾਦ ਇੱਕ ਦਿਨ ਤੁਰਿਆ ਜਾਂਦਾ ਸੰਡੇ ਮਰ ਕੇ ਉਸਤਾਦ ਕੋਲ ਪੜ੍ਹਨ ਦੇ ਵਾਸਤੇ। ਜਿਉਂ ਹੀ ਪੜ੍ਹਨ ਗਿਆ ਤਾਂ ਰਸਤੇ ਦੇ ਅੰਦਰ ਇੱਕ ਪ੍ਰਜਾਪਤਾਂ ਦਾ ਆਵਾ ਪਾਇਆ ਹੋਇਆ ਹੈ, ਭਾਂਡੇ ਪਹਿਲਾਂ ਬਣਾਉਂਦੇ ਨੇ ਫਿਰ ਉਹਨਾਂ ਨੂੰ ਅੱਗ ਦਿੰਦੇ ਨੇ, ਪਰ ਉਹਨਾਂ ਦਾ ਇੱਕ ਪਰਨ ਹੈ ਵੀ ਜਦ ਅੱਗ ਦੇਤੀ ਉਹ ਬੁਝਾਉਣੀ ਨਹੀਂ ਹੈ। ਕੋਈ ਰੱਬ ਕੰਨਿਓ ਐਸੀ ਗੱਲ ਹੋ ਜੇ ਬਾਰਿਸ਼ ਕੀ ਕਹਿਣਾ। ਅੱਗ ਦੇ ਦਿੱਤੀ ਮਗਰੋਂ ਖਿਆਲ ਆਇਆ ਕਿਤੇ ਬਿੱਲੀ ਨੇ ਬਲੂੰਗੜੇ ਦਿੱਤੇ ਵਿੱਚ। ਅਰਦਾਸ ਕਰਦੇ ਨੇ, ਹੇ ਰਾਮ ਭਗਵਾਨ ਆਮ ਹੈ ਵੀ ਬਿੱਲੀ ਪਾਪ ਹੋ ਗਿਆ ਇਹ ਤੋਂ, ਕਿਤੇ ਪਾਪ ਨਾ ਹੋ ਜੇ, ਕਿਰਪਾ ਕਰੋ। ਪ੍ਰਹਿਲਾਦ ਨੇ ਤੁਰੇ ਜਾਂਦੇ ਨੇ ਐਂ ਬੀਚ ਗੱਲ ਸੁਣ ਲਈ, ਚਲਿਆ ਗਿਆ ਕੋਲੇ, ਸ਼ਾਂਤੀ ਇਕਾਗਰਤਾ ਦੇ ਨਾਲ ਬੈਠੋ, ਪਾਗਾਂ ਦੇ ਨਾਲ ਸਤਸੰਗ ਦੀਆਂ ਕੜੀਆਂ ਮਿਲਦੀਆਂ ਨੇ। ਤੋ ਪ੍ਰਹਿਲਾਦ ਜਦ ਦੇਖਿਆ ਖੜ ਗਿਆ ਉੱਥੇ, ਹੇ ਮਾਤਾ ਤੂੰ ਕਿਹੜੇ ਰਾਮ ਨੂੰ ਅਰਦਾਸ ਕਰਦੀ ਹੈ, ਮੇਰਾ ਪਿਤਾ ਇਹਦਾ ਪਹਿਰਾ ਸਾਰੇ ਕਿਤੇ। ਉਹ ਆਖਣ ਲੱਗੀ, ਬੇਟਾ ਤੇਰਾ ਪਿਤਾ ਤਾਂ ਧੱਕੇ ਦੇ ਨਾਲ ਰੱਬ ਬਣਿਆ ਹੋਇਆ, ਰਾਮ ਤਾਂ ਹੋਰ ਹੈ। ਕਹਿੰਦਾ ਮੈਂ ਨਹੀਂ ਮੰਨਦਾ। ਕਹਿੰਦੀ ਅੱਠਵੇਂ ਨੂੰ ਅਸੀਂ ਆਵਾ ਖੋਲ੍ਹਣਾ, ਜੇ ਇਹ ਬੱਚੇ ਸਾਬਤ ਨਿਕਲਿਆ ਫਿਰ ਮੰਨ ਜਾਏਗਾ। ਬਸ ਅੱਠ ਦਿਨ ਉਡੀਕ ਰੱਖੀ, ਜਦ ਦੇਖਿਆ ਉਹਨੇ ਥਾਵੇਂ ਸੇਕ ਨਹੀਂ ਗਿਆ, ਆਹਾ ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸ਼ਰਣਾਏ। ਪਰ ਇਹ ਗੁਰੂ ਦੀ ਸ਼ਰਨ ਨਹੀਂ ਡਿੱਗਦਾ, ਸੰਸਾਰ ਦੀ ਸ਼ਰਨ ਤੱਕੀ ਫਿਰਦਾ ਹੈ। ਤੱਤੀ ਵਾਹ ਨਾ ਲੱਗਦੀ ਹੈ ਗੁਰਾਂ ਦੀ ਸ਼ਰਨ ਪਿਆ, ਵਾਹ ਨਾ ਲੱਗਦੀ ਹੈ ਗੁਰਾਂ ਦੀ ਸ਼ਰਨ ਪਿਆ।
ਵਾਲਾ ਲੱਗਦੀ ਹੈ ਗੁਰਾਂ ਦੀ ਸ਼ਰਨ ਪਿਆ ਵਾਲਾ ਲੱਗਦੀ ਹੈ ਗੁਰਾਂ ਦੀ ਸ਼ਰਨ ਪਿਆ ਸੇਕ ਸੇਕ ਕੀ ਉਹ ਤਾਂ ਆਪਦੇ ਪਿਆਰਿਆਂ ਨੂੰ ਤੱਤੀ ਵਾਹ ਹਵਾ ਵੀ ਲੱਗਣ ਨਹੀਂ ਦਿੰਦਾ ਜਿਹਦਾ ਰਾਖਾ ਹੋ ਜੇ ਵਾਹਿਗੁਰੂ ਪਰ ਉਹ ਤਾਂ ਹੋਵੇਗਾ ਜੇ ਤੂੰ ਵਾਹਿਗੁਰੂ ਦਾ ਹੋ ਜੇ ਫਿਰ ਅੱਠਵੇਂ ਦਿਨ ਜਦ ਬੱਚੇ ਸਾਬਤ ਨਿਕਲੇ ਆਏ ਬਸ ਫਿਰ ਰਾਮ ਰਾਮ ਜਪਣਾ ਸ਼ੁਰੂ ਹੋ ਗਿਆ ਕਿੰਨੇ ਤਸੀਹੇ ਦਿੱਤੇ ਪਹਾੜ ਤੋਂ ਸਿੱਟਿਆ ਸੱਪਾਂ ਦੇ ਕੋਠੜਿਆਂ 'ਚ ਬੰਦ ਕਰਕੇ ਰੱਖਿਆ ਜਿਨ੍ਹਾਂ ਨੇ ਰੱਬ ਨੂੰ ਪ੍ਰੇਮ ਕੀਤਾ ਹੈ ਮੀਰਾ ਨੇ ਵੀ ਪ੍ਰੇਮ ਕੀਤਾ ਸੀ ਭਰ ਕੇ ਜ਼ਹਿਰ ਪਿਆਲਾ ਪੀਤਾ ਸਰਪ ਲਿਆ ਕੇ ਲੱਖ ਸ਼ੁਕਰ ਮਨਾਵਾਂ ਮੈਂ ਜੋਗੀ ਆ ਜੇ ਮੀਰਾ ਮਰ ਜਾਵੇ ਇਹਨੇ ਸਾਡੀ ਕੁਲ ਨੂੰ ਦਾਗ ਲਾਇਆ ਬਹੁਤ ਔਖੀ ਹੈ ਬੰਦਗੀ ਕਰਨੀ ਰੱਬ ਦਾ ਪਰਮੇਸ਼ੁਰ ਦਾ ਜਦ ਹੱਥ ਹੋ ਜਾਵੇ ਸੀਸ 'ਤੇ ਫਿਰ ਲੰਘ ਜਾਂਦਾ ਇਨਸਾਨ ਕਿੰਨੇ ਹੀ ਦੁੱਖ ਆ ਜਾਣ ਸਾਰਿਆਂ ਨੂੰ ਹੀ ਲੰਘ ਜਾਂਦਾ ਪਰ ਭਰੋਸਾ ਹੋਵੇ ਕੇਵਲ ਪ੍ਰਹਿਲਾਦ ਇੱਕ ਪਾਸੇ ਹੈ ਉਹਦੀ ਸਾਰੀ ਪਰਜਾ ਵੀ ਹਰਨਾਕਸ਼ ਜਿਵੇਂ ਕਹਿੰਦਾ ਨਾਲੇ ਸਤਯੁਗ ਦਾ ਵੇਲਾ ਸੀ ਪ੍ਰਹਿਲਾਦ ਵਾਸਤੇ ਉਦੋਂ ਹੀ ਕਲਯੁਗ ਸੀ ਬਸ ਫਿਰ ਜਦ ਬਹੁਤ ਤਸੀਹੇ ਦਿੱਤੇ ਥੰਮ ਪਾਰ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਹਦ ਬਸ ਫਿਰ ਮੁੱਖ ਸ਼ੇਰ ਦਾ ਤੜ ਇਨਸਾਨ ਦੀ ਕੈਸਾ ਸਰੂਪ ਮਹਾਰਾਜ ਨੇ ਤਾਰਿਆ ਔਰ ਉਸ ਤੋਂ ਬਾਅਦ ਉਸ ਸਰੂਪ ਦਾ ਫਿਰ ਤੇਜ ਨਾ ਚੱਲੇ ਕੋਈ ਹਰਨਾਕਸ਼ ਨੂੰ ਨਰਸਿੰਘ ਦਾ ਰੂਪ ਉਦੋਂ ਧਾਰਨ ਕੀਤਾ ਨਰਸਿੰਘ ਦਾ ਇਹਦੇ ਦਰਸ਼ਨਾਂ ਦੀ ਮੰਗ ਸਤਯੁਗ ਤੋਂ ਬਾਅਦ ਫਿਰ ਬਾਬਾ ਜੀ ਪੁੱਛੋਂ ਵਾਲਿਆਂ ਨੇ ਇਹਦਾ ਜਾਪ ਕੀਤਾ ਇਸ ਰੂਪ 'ਚ ਉਹਨਾਂ ਨੂੰ ਵੀ ਦਰਸ਼ਨ ਹੋਏ ਸੀ ਕਹਿੰਦੇ ਮਹਾਰਾਜ ਆਏ ਨਹੀਂ ਮੁੜ ਕੇ ਕਹਿੰਦੇ ਮਹਾਂਪੁਰਸ਼ ਪੁਕਾਰਿਆ ਹੀ ਨਹੀਂ ਉਦੋਂ ਬਾਅਦ ਕਿਸੇ ਨੇ ਤੋ ਇਸ ਕਰਕੇ ਉੱਥੇ ਫਿਰ ਪ੍ਰਹਿਲਾਦ ਦੀ ਰੱਖਿਆ ਕੀਤੀ ਮਹਾਰਾਜ ਕਹਿੰਦੇ ਜੇ ਨਾਮ ਜਪਣਾ ਸਿੰਘੋ ਇਉਂ ਜਪੋ ਜਿਵੇਂ ਧਰੂਣ 'ਤੇ ਪ੍ਰਹਿਲਾਦ ਨੇ ਜਪਿਆ ਕੀ ਪਤਾ ਜ਼ਿੰਦਗੀ ਦਾ ਕੀ ਭਰੋਸਾ ਕਿਹੜੇ ਵੇਲੇ ਇਨਸਾਨ ਨੇ ਚਲੇ ਜਾਣਾ ਇੱਥੋਂ ਆਇਓ ਪੜ੍ਹਨ ਸੁਣਨ ਕੋ ਬਾਣੀ ਪਹਿਲੀ ਗੱਲ ਤਾਂ ਧਨਸ ਦੀ ਵੀ ਰਹਿੰਦਾ ਨਹੀਂ ਕਿਸੇ ਕੋਲੇ ਕਦੇ ਚਾਰ ਦਿਨ ਗਰੀਬੀ ਦੇ ਚਾਰ ਦਿਨ ਅਮੀਰੀ ਦੇ ਮਹਾਰਾਜ ਆਖਦੇ ਹੁੰਦੇ ਬਾਬਾ ਨੰਦ ਸਿੰਘ ਜੀ ਰਾਗੀ ਸਜਾਨ ਸਿੰਘ ਨੂੰ ਕਹਿੰਦੇ ਜੇ ਧਨ ਰਹਿ ਵੀ ਗਿਆ ਫਿਰ ਰਾਗਾ ਸਿੰਘ ਤੈਂ ਤਾਂ ਨਹੀਂ ਰਹਿਣਾ ਹੈ ਤੇਰੇ ਨਾਲ ਕੀ ਜਾਵੇਗਾ ਇੱਥੇ ਤੁਹਾਡੇ ਸੰਤ ਹੁੰਦੇ ਬਾਹਰ ਗੋਸਲਾਂ ਵਾਲੇ ਮੋੜ 'ਤੇ ਜਿਹੜਾ ਡੇਰਾ ਬਾਲਪੁਰੀ ਬੜੀ ਉੱਚੀ ਕਮਾਈ ਸੀ ਉਹਨਾਂ ਦੀ ਪਤਾ ਨਹੀਂ ਲੱਗਦਾ ਹੁੰਦਾ ਕਈ ਸਾਧੂਆਂ ਦਾ ਜਿਵੇਂ ਸਹੌਲੀ ਵਾਲੇ ਮਹਾਂਪੁਰਸ਼ ਸੀ ਸੰਤ ਗੁਰਬਚਨ ਸਿੰਘ ਜੀ
ਮਹਾਂਪੁਰਸ਼ਾਂ ਕੋਲੇ ਰਾਮਸਰ ਕਹਿਣ ਆ ਕੇ ਕਈ ਕਈ ਘੰਟੇ ਉਹਨਾਂ ਨੇ ਬਚਨ ਕਰੀ ਜਾਣੇ। ਮੈਂ ਵੀ ਕਹਾਂ ਵੀ ਮੈਨੂੰ ਸਮਝ ਮੈਨੂੰ ਵੀ ਨਹੀਂ ਸੀ ਆਉਂਦੀ ਹੁੰਦੀ ਵੀ ਕੀ ਉਹ ਮਹਾਰਾਜ ਜੀਆਂ ਨੂੰ ਕਹਿੰਦੇ ਨੇ, ਉਹ ਉਹਨਾਂ ਨੂੰ ਕੀ ਕਹਿੰਦੇ ਨੇ। ਫਿਰ ਮਹਾਂਪੁਰਸ਼ਾਂ ਨੇ ਦੱਸਿਆ ਮਹਾਰਾਜ ਜੀਆਂ ਨੇ ਵੀ ਇਹ ਚੌਥੇ ਪਦ ਦੇ ਬਚਨ ਕਰਦੇ ਨੇ ਸਾਡੇ ਨਾਲ ਆ ਕੇ। ਤੀਨ ਵਿਆਪੈ ਜਗਤ ਕੋ ਤੁਰੀਆਂ ਪਾਵੇ ਕੋਈ, ਰਜੋ ਤਮੋ ਸਤੋ ਬਿਰਤੀਆਂ, ਇਹਨਾਂ ਤੋਂ ਉਤਲੀ ਅਵਸਥਾ ਵਿੱਚ ਕੋਈ ਪਹੁੰਚ ਜਾ ਹੋਵੇ ਇਹਨਾਂ ਮਹਾਂਪੁਰਸ਼ਾਂ ਨੇ। ਅਸੀਂ ਬੇਨਤੀ ਕੀਤੀ ਮਹਾਰਾਜ ਜੀ ਇੰਨੀ ਉੱਚੀ ਅਵਸਥਾ ਹੈ, ਇਹਨਾਂ ਤੋਂ ਲਾਹਾ ਕਿਉਂ ਨਹੀਂ ਲਿਆ ਸੰਸਾਰ ਨੇ, ਇੰਨੀ ਉੱਚੀ ਮੰਜ਼ਿਲ 'ਤੇ ਪਹੁੰਚ ਚੁੱਕੇ ਹੋਣ। ਤੋਂ ਆਖਣ ਲੱਗੇ ਇਹਨਾਂ ਨੂੰ ਹੁਕਮ ਨਹੀਂ ਹੈ ਤਾਰਨ ਦਾ। ਇਹ ਵੀ ਹੁਕਮ ਹੁੰਦਾ, ਦਰਗਾਹ 'ਚੋਂ ਡਿਊਟੀ ਲੱਗਦੀ ਹੈ, ਮਹਾਂਪੁਰਸ਼ ਬੈਠੇ ਫਲਾਉਂਡ, ਕਹਿੰਦੇ ਭਾਈ ਕਿਸੇ ਦੀ ਜਿਉਂਦਿਆਂ ਦੀ ਸੇਵਾ ਹੁੰਦੀ ਹੈ, ਕਿਸੇ ਦੀ ਗਿਆਨ ਤੋਂ ਬਾਅਦ ਹੁੰਦੀ ਹੈ ਪੂਜਾ, ਇਹ ਵੀ ਆਪੋ ਆਪਣੀ ਕਮਾਈ ਹੁੰਦੀ ਹੈ। ਇਹ ਸੰਤ ਆਖਦੇ ਹੁੰਦੇ ਵੀ ਸਾਨੂੰ ਪੰਜ ਜਨਮਾਂ ਦਾ ਗਿਆਨ ਹੈ, ਬਾਲਪੁਰੀ ਸੰਤ, ਪੰਜ ਜਨਮ ਅਸੀਂ ਗਰਭ ਦਾ ਦੁੱਖ ਨਹੀਂ ਦੇਖਿਆ, ਉੱਧਰੋਂ ਜਨਮ ਉੱਧਰੋਂ ਸਰੀਰ ਛੱਡ ਦਿੰਦੇ ਹਾਂ, ਇੱਧਰ ਤਿਆਰ ਹੁੰਦਾ ਖਲੜਾ, ਕਹਿੰਦੇ ਜਨਮ ਲੈ ਲੈਂਦੇ ਹਾਂ। ਇੰਨੀ ਉੱਚੀ ਕਮਾਈ ਕਰਕੇ ਹੋਣ ਸਾਨੂੰ, ਪਰ ਸਾਨੂੰ ਲੋਕਾਂ ਨੂੰ ਹੈਰਾਨ ਹੋ ਜਾਈਦਾ ਕਦੇ ਕਦੇ। ਕਿਸੇ ਸ਼ਰਾਬ ਪੀਣ ਵਾਲੇ 'ਤੇ ਕੋਈ ਸ਼ੰਕਾ ਨਹੀਂ ਹੈ, ਕਿਸੇ ਜੂਆ ਖੇਡਣ ਵਾਲੇ 'ਤੇ ਕੋਈ ਸ਼ੰਕਾ ਨਹੀਂ ਪੈਂਦੀ, ਕੋਈ ਠੱਗੀਆਂ ਮਾਰਦਾ ਫਿਰਦਾ ਉਹਦੇ 'ਤੇ ਕੋਈ ਸ਼ੰਕਾ ਨਹੀਂ। ਜਦ ਵੀ ਸ਼ੰਕਾ ਪੈਂਦੀ ਹੈ ਮਹਾਂਪੁਰਸ਼ਾਂ 'ਤੇ ਪੈਂਦੀ ਹੈ, ਗੁਰੂ 'ਤੇ ਸ਼ੰਕਾ ਪੈਂਦੀ ਹੈ। ਅਸੀਂ ਗੁਰਬਾਣੀ 'ਤੇ ਕੀ ਟੀਕਾ ਟਿੱਪਣੀਆਂ ਕਰ ਰਹੇ ਹਾਂ ਅੱਜ, ਇਹਦਾ ਕਾਰਨ ਕੀ ਹੈ? ਸਾਡੇ 'ਤੇ ਕਲਯੁੱਗ ਵਿਆਪਿਆ ਪਿਆ। ਜਦ ਕਲਯੁੱਗ ਵਿਆਪ ਜਾਂਦਾ ਜੀਵ 'ਤੇ, ਉਹ ਫਿਰ ਨਾ ਕਿਸੇ ਨੂੰ ਚੰਗਾ ਕਹੇ ਵੀ ਮੈਂ ਹੀ ਚੰਗਾ ਸਾਰਿਆਂ ਨਾਲੋਂ, ਔਰ ਗੁਰਬਾਣੀ ਦੇ ਵੀ ਆਖੇ ਨਹੀਂ ਅਸੀਂ ਲੱਗ ਰਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਦੇ ਅੰਦਰ ਇਹ ਸਮਾਗਮ ਰਚਿਆ। ਮਹਾਰਾਜ ਦਰਬਾਰ ਸਜਾਉਂਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਸੰਗਤਾਂ ਜਿਵੇਂ ਆਪਾਂ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੋਵੇ, ਸਾਡੀ ਸ਼ਰਧਾ ਹੋਵੇ ਵੀ ਗੁਰੂ ਨਾਨਕ ਬੈਠਾ ਹੈ, ਇੱਥੋਂ ਮਿਲਦਾ ਸਭ ਕੁਛ ਹੈ, ਜਿਹੜਾ ਇੱਥੇ ਆ ਕੇ ਬੈਠਦਾ ਬਾਣੀ ਸੁਣਦਾ ਉਹਨੂੰ ਕੀ ਮਿਲਦਾ? ਪੜ੍ਹੋ ਬੜੇ ਪਿਆਰ ਦੇ ਨਾਲ, ਪਹਿਲੇ ਹਿੱਸੇ ਵਿੱਚ ਦਾਸ ਸਾਰੇ ਭਾਈ ਜਥਾ ਬੋਲਿਆ ਕਰੋ, ਤੀਸਰੇ ਪਾਸੇ ਬੀਬੀ, ਉਹ ਕਿੰਨੀ ਗਿਣਤੀ 'ਚ ਤੁਸੀਂ ਬੈਠੀ ਹੋ, ਸਿੱਧੀਆਂ ਤਾਰਨਾਂ ਨੇ, ਮਲਵਈ ਕੀਰਤਨ ਹੈ, ਹੁਣ ਪੂਰੀ ਆਵਾਜ਼ ਤੁਹਾਡੀ ਆਵੇ, ਭਾਈ ਨਹੀਂ ਤੁਹਾਡੀ ਵਾਰੀ ਬੋਲਣਗੇ, ਉਹਨਾਂ ਨੂੰ ਫਲ ਕੀ ਮਿਲਦਾ ਹੈ? ਦਰਗੇ ਮਿਲ ਜੂ ਥਾਂ ਗੁਰਾਂ ਦੇ ਨਾਲ ਰੁੱਤਿਆਂ, ਗੁਰਾਂ ਨਾਲ ਰੁੱਤਿਆਂ, ਦਰਗੇ ਮਿਲ ਜੂ ਥਾਂ ਗੁਰਾਂ ਨਾਲ ਰੁੱਤਿਆਂ, ਗੁਰਾਂ ਨਾਲ ਰੁੱਤਿਆਂ, ਸਾਰੇ ਭਾਈ ਬੋਲਿਆ ਕਰੋ, ਮਿਲ ਜੂ,
ਦਰ ਗਈ ਮਿਲ ਜੂ ਦਰ ਗਈ ਮਿਲ ਜੂ ਦਰ ਗਈ ਮਿਲ ਜੂ ਦਰ ਗਈ ਮਿਲ ਜੂ ਤਾਂ ਗੁਰਾਂ ਨਾਲ ਰਤਿਆਂ ਗੁਰਾਂ ਨਾਲ ਰਤਿਆਂ ਦਰ ਗਏ ਮਿਲ ਜੂ ਤਾਂ ਗੁਰਾਂ ਨਾਲ ਰਤਿਆਂ ਗੁਰਾਂ ਨਾਲ ਰਤਿਆਂ ਅੰਤਰ ਗੁਰੂ ਅਰਾਧਨਾ ਜਿਨ੍ਹਾਂ ਨੇ ਆਪਣੇ ਅੰਤਰ ਅਭਿਆਸ ਕੀਤਾ ਗੁਰੂ ਨੂੰ ਅਰਾਧਿਆ ਜਿਹ ਬਾ ਜਪ ਗੁਰ ਨਾਉ ਗੁਰੂ ਦਾ ਨਾਮ ਜਪਿਆ ਵਾਹਿਗੁਰੂ ਸ਼ਬਦ ਜਪਿਆ ਮੂਲ ਮੰਤਰ ਜਪਿਆ ਜਿਨ੍ਹਾਂ ਨੇ ਨੇਤਰਾਂ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦੀਦਾਰ ਕੀਤਾ ਅੱਗੇ ਨੇਤਨੀ ਸਤਿਗੁਰ ਪੇਖਣਾ ਸਰਬਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਦੱਤਿਆਂ ਦਰਗੇ ਪਾਈਏ ਠਾਉ ਹੁਣ ਤਾਂ ਕਹਿੰਦੇ ਹੈ ਹੀ ਨਹੀਂ ਕੁਛ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਆਹ ਬਾਣੀ ਉਹਨਾਂ ਦੀ ਰਚੀ ਹੈ ਜਿਨ੍ਹਾਂ ਨੇ ਅੱਗਾ ਦੇਖਿਆ ਹੈ ਜਿਨ੍ਹਾਂ ਨੇ ਅੱਗਾ ਦੇਖਿਆ ਹੈ ਜਾਣਾ ਪੈਣਾ ਸੱਜਣੋ ਉੱਥੇ ਮਹਾਰਾਜ ਦੇ ਦਰਬਾਰ ਦੇ ਅੰਦਰ ਸੰਗਤਾਂ ਆਉਂਦੀਆਂ ਨੇ ਮੋਖ ਪੋਖ ਦਾ ਜੱਗ ਲੱਗਿਆ ਵੇ ਹੈ ਐਸਾ ਦਰਬਾਰ ਇੱਕ ਪ੍ਰੀਤਵਾਨ ਨੇ ਜਿਹੜੇ ਤੱਕਦੇ ਹੀ ਰਹਿੰਦੇ ਨੇ ਭਾਈ ਬਹਿਲੋਂ ਵਰਗੇ ਭਾਈ ਮੰਝ ਵਰਗੇ ਵੀ ਮਹਾਰਾਜ ਜਾ ਕਿੱਧਰ ਨੂੰ ਰਹੇ ਨੇ ਮਹਾਰਾਜ ਦੇ ਚਰਨਾਂ ਦੇ ਅੰਦਰ ਸੱਤਾ ਤੇ ਬਲਵੰਡ ਰਾਏ ਉਹ ਕੀ ਕਰਦੇ ਨੇ ਕੀਰਤਨ ਦੀ ਸੇਵਾ ਕਰਦੇ ਨੇ ਰਬਾਬ ਵਜਾਉਂਦੇ ਨੇ ਮਹਾਰਾਜ ਕੀਰਤਨ ਦੇ ਆਸ਼ਕ ਨੇ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਊਹਾਂ ਜੋ ਕਾਮ ਤੇਰੇ ਜਿਹੜਾ ਗਾਉਣਾ ਨਾ ਦੇਖਿਓ ਕਿਤੇ ਹਲ ਵਾਹੁਣ ਵਾਲਾ ਵੀ ਗਾਉਂਦਾ ਕੁਛ ਨਾ ਕੁਛ ਮਾਈਆਂ ਭਾਂਡੇ ਮਾਂਜਦੀਆਂ ਨੇ ਉਹ ਵੀ ਕੁਛ ਗਾਉਂਦੀਆਂ ਨੇ ਕੋਈ ਬੱਚਾ ਤੁਰਿਆ ਜਾਂਦਾ ਉਹ ਵੀ ਇਹ ਕੁਦਰਤੀ ਅੰਦਰ ਰਾਗ ਪਾਇਆ ਹੋਇਆ ਮਾਲਕ ਨੇ ਸਭ ਦੇ ਕੁਛ ਨਾ ਕੁਛ ਹਰ ਕੋਈ ਗਾਉਂਦਾ ਹੈ ਪਰ ਜਿਹੜੇ ਬਾਣੀ ਗਾਉਂਦੇ ਨੇ ਨਾ ਕੋ ਗਾਵੇ ਕੋ ਸੁਣੇ ਹਰ ਨਾਮਾਂ ਚਿੱਤ ਲਾਏ ਕਹਿਤ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਉਹ ਅੰਤ ਨੂੰ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ ਤਾਂ ਉੱਥੇ ਐਸੀ ਖੇਡ ਐਸੀ ਕਲਾ ਵਰਤੀ ਸੱਤਾ ਤੇ ਬਲਵੰਡਾ ਜਿਸ ਪੁਰਸ਼ ਦੀ ਨਿਗਾਹ ਮਾਇਆ ਤੇ ਹੋ ਜੇ ਇਦੋਂ ਦੂਜੀ ਗੱਲ ਦਾ ਪਤਾ ਨਾ ਹੋਵੇ ਉਹਦੀ ਨਿਭਦੀ ਨਹੀਂ ਹੁੰਦੀ ਕਿਉਂਕਿ ਇਹ ਪ੍ਰੇਮ ਦੇ ਸੌਦੇ ਹੁੰਦੇ ਨੇ ਪ੍ਰੇਮ ਦੀਆਂ ਮੰਜ਼ਲਾਂ ਹੁੰਦੀਆਂ ਨੇ ਪ੍ਰੇਮ ਦੇ ਅੰਦਰ ਕੁਛ ਲੈਣਾ ਨਹੀਂ ਹੁੰਦਾ ਕੁਛ ਦੇਣਾ ਹੀ ਹੁੰਦਾ ਹੈ ਨਦੀ ਕਿੰਨੀ ਤੇਜ਼ੀ ਨਾਲ ਜਾਂਦੀ ਹੈ ਪਰ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋ ਜਾਂਦੀ ਹੈ ਪਰ ਸਾਡੀ ਬਦਕਿਸਮਤੀ ਸਾਡੀ ਅੱਖ ਤਾਂ ਕਦੇ ਮਾਇਆ ਤੋਂ ਉੱਪਰ ਨਹੀਂ ਗਈ ਜਿੰਨਾ ਚਿਰ ਮਾਇਆ ਤੇ ਅੱਖ ਹੈ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਭਾਵੇਂ ਮਾਇਆ ਬੁਰੀ ਨਹੀਂ ਹੈ ਮਾਇਆ ਬਿਨਾਂ ਏਡੇ ਏਡੇ ਸਮਾਗਮ ਰਚੇ ਜਾ ਰਹੇ ਨੇ
ਮਾਇਆ ਦੀ ਲੋੜ ਪੈਂਦੀ ਹੈ, ਪਰ ਹੇ ਸਿੱਖਾ ਤੇਰੀ ਸੁਰਤ ਗੁਰੂ ਨਾਨਕ ਦੇ ਚਰਨਾਂ ਵਿੱਚ ਹੋਵੇ। ਜਦ ਤੇਰੀ ਸੁਰਤ ਗੁਰੂ ਨਾਨਕ ਦੇ ਚਰਨਾਂ ਵਿੱਚ ਹੋਵੇਗੀ, ਫਿਰ ਉੱਥੇ ਜੋ ਹਰ ਹਿਰਦੇ ਸਦਾ ਵਸਾਏ, ਇਹ ਰਿਧੀਆਂ ਸਿੱਧੀਆਂ ਪਾਣੀ ਭਰਦੀਆਂ ਫਿਰਦੀਆਂ ਨੇ, ਰੁਲਦੀ ਫਿਰਦੀ ਹੈ ਗੁਰੂ ਚਰਨਾਂ ਦੇ ਅੰਦਰ ਮਾਇਆ। ਤੋ ਸੱਤੇ ਬਲਵੰਡੇ ਬੜੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ, ਇਹਨਾਂ ਦੀ ਲੜਕੀ ਦੀ ਸ਼ਾਦੀ ਦਾ ਕਾਰਜ ਹੋਇਆ, ਰੱਖਿਆ ਗਿਆ। ਆਖਣ ਲੱਗੇ ਬਈ ਆਪਾਂ ਮਹਾਰਾਜ ਜੀਆਂ ਨੂੰ ਬੇਨਤੀ ਕਰਦੇ ਹਾਂ, ਜਾ ਕੇ ਜਿੱਥੇ ਹਰ ਵਕਤ ਕਥਾ ਕੀਰਤਨ ਕਰਦੇ ਹਾਂ, ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਆਪਣੇ ਲੜਕੀ ਦੀ ਸ਼ਾਦੀ ਹੈ ਘਰ। ਮਹਾਰਾਜ ਆਖਣ ਲੱਗੇ ਤੁਸੀਂ ਰਬਾਬੀ ਹੋ ਬਈ, ਸਾਡੇ ਕੀਰਤਨ ਕਰਦੇ ਹੋ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਗੁਰੂ ਨਾਨਕ ਦੀਆਂ ਖੁਸ਼ੀਆਂ ਨੇ, ਨਜ਼ਰਾਂ ਨੇ ਤੁਹਾਡੇ 'ਤੇ, ਲੜਕੀ ਦੀ ਸ਼ਾਦੀ ਵਾਲੀ ਕਿਹੜੀ ਗੱਲ ਹੈ, ਨਾਨਕ ਨਾਮ 'ਤੇ ਆਈ ਹੈ, ਕਾਰਜ ਹੋਵੇ ਰਾਸ। ਤੁਸੀਂ ਗੁਰੂ ਨਾਨਕ ਦਾ ਨਾਮ ਲੈਂਦੇ ਹੋ, ਜਿੰਨੀ ਤੁਧ ਨੂੰ ਧੰਨ ਕਹਿਆ ਉਹਨਾਂ ਦੇ ਕਾਰਜ ਤੋਂ ਭਾਈ ਪ੍ਰੇਮੀਓ ਆਪਣੇ ਆਪ ਹੀ ਸਰ ਜਾਂਦੇ ਨੇ, ਤੁਸੀਂ ਕਿਉਂ ਚਿੰਤਾ ਕੀਤੀ ਹੈ। ਜਿੰਨੀ ਨਾਮ ਜਪਿਆ ਤਿਨਕੇ ਕਾਜ ਸਰੇ, ਜਿੰਨੀ ਨਾਮ ਜਪਿਆ ਤਿਨਕੇ ਕਾਜ ਸਰੇ, ਜਿੰਨੀ ਨਾਮ ਜਪਿਆ ਤਿਨਕੇ ਕਾਜ ਸਰੇ,
ਨਾਮ ਜਪਿਆ ਤਿਨਕੇ ਕਾਜ ਸਰੇ, ਜਿਨੀ ਨਾਮ ਜਪਿਆ ਤਿਨਕੇ ਕਾਜ ਸਰੇ।